की नाम है थोड़ा? मेरा नाम नीरू है ते मैं इत्थे एनजीओ हैगे ए राकेश अग्रवाल जी ने ए एनजीओ खोली आ ते ए दीपनगर है शहीद बाबा दीप सिंह नगर है धर्मशाला दे विच एनजीओ खोली गई है जेड़े बहुत गरीब गर्ल्स ने खास करके ते जिन्हां दे माँ प्यो सारे काम ते चले जांदे आ ते उन्हां दे बच्चे एवें सड़कां ते रोल रहे हुंदे आ तां उन्हां दे लिए एनजीओ खोली गई आ ते इस एनजीओ दे विच आके बच्चे सारे ही सेव ने ते ए एनजीओ राकेश अग्रवाल जी ने खोली है दीपनगर दे विच ते ए होर भी जगह ते खोलणगे असीं होर भी चाहुंदे आ। ਕਿੰਨੇ ਕਿੰਨੇ ਕੁ ਬੱਚੇ ਨੇ ਇਸ ਐਨ ਜੀ ਓ ਦੇ ਵਿੱਚ ਜਿਹੜੇ ਇਸ ਟਾਈਮ ਮੌਜੂਦ ਨੇ? ਇਸ ਟਾਈਮ ਹੈਗੇ ਆ 26 ਬੱਚੇ ਹੈਗੇ ਆ ਅਤੇ ਹੋਰ ਵੀ ਬੱਚੇ ਉਹਨਾਂ ਨੂੰ ਦੇਖਾਂਗੇ ਅਸੀਂ ਲੱਭਾਂਗੇ ਅਤੇ ਹੋਰ ਵੀ ਇੱਥੇ ਪੜ੍ਹਾਂਗੇ। ਔਰ ਕਿੰਨੇ ਟੀਚਰ ਨੇ ਇੱਥੇ ਜਿਹੜੇ ਬੱਚਿਆਂ ਨੂੰ ਪੜ੍ਹਾਈ ਦੇ ਰਹੇ? ਇੱਥੇ ਇਸ ਟਾਈਮ 3 ਟੀਚਰਸ ਨੇ ਅਤੇ 2 ਦੇਖਭਾਲ ਕਰਨ ਦੇ ਲਈ ਹੈਗੇ ਨੇ। ਔਰ ਜਿਹੜਾ ਇਹਨਾਂ ਦਾ ਟਾਈਮਿੰਗ ਆ ਉਹ ਟਾਈਮਿੰਗ ਕੀ ਹੈਗਾ? ਇਹ ਟਾਈਮਿੰਗ ਹੈਗਾ ਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ। ਠੀਕ ਹੈ, ਹਾਂਜੀ। ਔਰ ਬੱਚਿਆਂ ਦਾ ਜੋ ਰੋਟੀ ਖਾਣ ਪੀਣ ਦਾ ਸਾਰਾ ਅਰੇਂਜ ਇੱਥੇ ਹੈ ਜਾਂ? ਹਾਂਜੀ, ਇੱਥੇ ਕੁਛ ਖਾਣ ਪੀਣ ਦੇ ਲਈ ਦੇ ਦਈਦਾ ਆ ਅਤੇ ਉਹਨਾਂ ਨੂੰ ਖਿਲਾਈਦਾ ਆ ਅਤੇ ਖੇਡਣ ਲਈ ਵੀ ਅਤੇ ਪੜ੍ਹਾਈ ਵੀ ਕਰਾਉਂਦੇ ਹਾਂ ਅਸੀਂ ਅਤੇ ਇੱਥੇ ਉਹਨਾਂ ਦੇ ਮੋਮ ਡੈਡ ਹੈਗੇ ਜਿਹੜੇ ਰੋਟੀ ਭੇਜ ਦਿੰਦੇ ਆ ਅਤੇ ਉਹ ਵੀ ਖਾਂਦੇ ਆ। ਔਰ ਤੁਹਾਨੂੰ ਕਿੱਦਾਂ ਦਾ ਲੱਗਦਾ ਇਸ ਐਨ ਜੀ ਓ ਦੇ ਵਿੱਚ ਕੰਮ ਕਰਕੇ? ਇਹ ਐਨ ਜੀ ਓ ਬਹੁਤ ਵਧੀਆ ਹੈਗੀ ਆ ਅਤੇ ਇਸ ਐਨ ਜੀ ਓ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇੱਥੇ ਪੜ੍ਹਾ ਰਹੀ ਹਾਂ। ਇਹ ਐਨ ਜੀ ਓ ਬੱਚੇ ਵੀ ਬੜੇ ਪਿਆਰੇ ਨੇ, ਇਹਨਾਂ ਨੂੰ ਸਿਖਾਉਣ ਦੇ ਵਿੱਚ ਵੀ ਸਾਨੂੰ ਬਹੁਤ ਕੋਈ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਤੋਂ ਸਾਨੂੰ ਵੀ ਨੌਲੇਜ ਮਿਲ ਜਾਂਦੀ ਆ ਕਿ ਉਹ ਕਿਵੇਂ ਰਹਿ ਰਹੇ ਆ, ਉਹਨਾਂ ਨੂੰ ਅਸੀਂ ਸੰਭਾਲ ਰਹੇ ਹਾਂ, ਵਧੀਆ ਇਹ ਲੱਗਦਾ। ਔਰ ਤੁਹਾਨੂੰ ਲੱਗਦਾ ਕਿ ਇਸ ਐਨ ਜੀ ਓ ਦੇ ਵਿੱਚ ਆ ਕੇ ਜਿਹੜੇ ਧੀਆਂ ਕੁੜੀਆਂ ਇਸ ਟਾਈਮ ਇੱਥੇ ਮੌਜੂਦਾ ਪੜ੍ਹ ਰਹੀਆਂ ਨੇ ਵੀ ਬਿਲਕੁਲ ਸੇਫ ਨੇ? ਹਾਂਜੀ, ਇੱਥੇ ਧੀਆਂ ਕੁੜੀਆਂ ਬਿਲਕੁਲ ਸੇਫ ਨੇ। ਇੱਥੇ ਬਹੁਤ ਜੇ ਗਲਤ ਵੀ ਕੰਮ ਹੋ ਜਾਂਦੇ ਆ, ਕਈ ਗਰਲਸ ਹੈਗੀਆਂ ਜਿਵੇਂ ਕਿ ਰੇਪ ਵਗੈਰਾ, ਇਹਨਾਂ ਤੋਂ ਕੁੜੀਆਂ ਬਹੁਤ ਜ਼ਿਆਦਾ ਸੇਫ ਹੈਗੀਆਂ ਨੇ ਅਤੇ ਇੱਥੇ ਰਹਿ ਰਹੀਆਂ ਨੇ। ਹੁਣ ਇੱਥੇ ਇਹ ਐਨ ਜੀ ਓ ਦੇ ਵਿੱਚ ਕੁੜੀਆਂ ਸੇਫ ਨੇ। ਹਾਂਜੀ, ਵਿਹੜਾ ਧੀਆਂ ਦਾ ਇੱਕ ਅਸੀਂ ਸਕੀਮ ਸ਼ੁਰੂ ਕੀਤੀ ਹੈ ਲੁਧਿਆਣੇ ਦੇ ਵਿੱਚ, ਜੋ ਕਿਉਂਕਿ ਲੁਧਿਆਣੇ ਦੇ ਵਿੱਚ ਮਾਈਗਰੈਂਟ ਪਾਪੂਲੇਸ਼ਨ ਕਾਫੀ ਹੈ ਜੋ ਕਿ ਵਿਹੜਿਆਂ ਦੇ ਵਿੱਚ ਰਹਿੰਦੀ ਹੈ, ਅਤੇ ਕਈ ਵਾਰੀ ਹਸਬੈਂਡ ਔਰ ਵਾਈਫ ਦੋਨੋਂ ਹੀ ਆਪਣੇ ਕਿਸੇ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਹੁੰਦੇ ਹਨ ਅਤੇ ਉਹਨਾਂ ਦੇ ਜਦੋਂ ਉਹ ਕੰਮ 'ਤੇ ਚਲੇ ਜਾਂਦੇ ਆ ਅਤੇ ਉਹਨਾਂ ਦੇ ਬੱਚੇ ਉਹਨਾਂ ਦੇ ਕਮਰੇ ਦੇ ਵਿੱਚ ਇਕੱਲੇ ਰਹਿ ਜਾਂਦੇ ਸੀ ਅਤੇ ਕਈ ਵਾਰੀ ਬੱਚਿਆਂ ਦੇ ਨਾਲ ਹਾਦਸੇ ਹੋ ਜਾਂਦੇ ਸੀ, ਕੋਈ ਗੁਆਂਢੀ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕਰ ਲੈਂਦਾ ਸੀ। ਇਸ ਤਰੀਕੇ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਸੀ ਜਿਸ ਕਰਕੇ ਇਹ ਸਕੀਮ ਸੋਚੀ ਗਈ ਹੈ। ਇਹਦੇ ਵਿੱਚ ਅਸੀਂ ਵਿਹੜੇ ਦੇ ਵਿੱਚ ਹੀ ਇੱਕ ਕਰੈਚ ਫੈਸਿਲਿਟੀ ਸ਼ੁਰੂ ਕੀਤੀ ਹੈ ਜੋ ਕਿ ਫਰੀ ਆਫ ਕੋਸਟ ਹੈ। ਉਹਦੇ ਵਿੱਚ ਅਸੀਂ ਉਹਨਾਂ ਦੇ ਕੇਅਰਟੇਕਰ ਰੱਖੇ ਹਨ ਅਤੇ ਜਦੋਂ ਵੀ ਉਹ ਹਸਬੈਂਡ ਵਾਈਫ ਕਿਸੇ ਆਪਣੀ ਫੈਕਟਰੀ ਕੰਮ ਲਈ ਜਾਣਗੇ ਉਹ ਆਪਣੇ ਬੱਚੀ ਨੂੰ ਉਸ ਕਰੈਚ ਦੇ ਵਿੱਚ ਛੱਡ ਸਕਦੇ ਹੈ ਐਂਡ ਉਹ ਫਿਰ ਜਿਹੜੀ ਕੇਅਰਟੇਕਰ ਹੈ ਉਹਨਾਂ ਦੀ ਦੇਖਭਾਲ ਕਰੇਗੀ। ਉਸਨੂੰ ਜੋ ਸੈਲਰੀ ਹੈ ਅਸੀਂ ਐਨ ਜੀ ਓਜ਼ ਦੇ ਰਾਹੀਂ ਦਿਲਵਾ ਰਹੇ ਹਾਂ ਅਤੇ ਡੂ ਗੁੱਡ ਫਾਊਂਡੇਸ਼ਨ ਦੀ ਮਦਦ ਨਾਲ ਅਸੀਂ ਪਹਿਲਾ ਵਿਹੜਾ ਜਿਹੜਾ ਹੈ ਮੋਤੀ ਨਗਰ ਏਰੀਏ ਦੇ ਵਿੱਚ ਚਾਲੂ ਕੀਤਾ ਹੈ ਅਤੇ ਬਾਕੀ ਔਰ ਵੀ ਏਰੀਏਜ਼ ਦੇ ਵਿੱਚ ਇਹਨਾਂ ਨੂੰ ਸ਼ੁਰੂ ਕਰਨ ਲਈ ਜਾ ਰਹੇ ਹਾਂ।